ना करो ना करो ना, माइक चार रखो। ਜਿਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਦਾ ਹੀ ਰਹਿਮਤਾਂ ਕਰਕੇ ਨਿਵਾਜਿਆ ਹੈ, ਇਸ ਗਰੀਬ ਦੀ ਲਾਜ ਰੱਖੀ ਹੈ। ਅੱਜ ਟਿਕਟ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਇੱਥੇ ਨਤਮਸਤਕ ਹੋ ਕੇ ਗੁਰੂ ਦਾ ਉਹ ਆਸਰਾ ਲੈ ਕੇ ਅਰਦਾਸਾਂ ਬੇਨਤੀਆਂ ਕਰਕੇ ਅੱਜ ਚੋਣ ਪ੍ਰਚਾਰ ਕੱਲ੍ਹ ਤੋਂ ਮੈਂ ਸ਼ੁਰੂ ਕਰਾਂਗੀ। ਇਸ ਆਸ ਦੇ ਨਾਲ ਕਿ ਇਸ ਮੰਗਤੇ ਦੀ ਚੋਲੀ ਵਿੱਚ ਗੁਰੂ ਸਾਹਿਬ ਖੈਰ ਪਾਣਗੇ, ਸਫਲਤਾ ਬਖਸ਼ਣਗੇ ਤੇ ਇਸ ਸੂਬੇ ਦੀ ਆਪਣੇ ਹਲਕੇ ਦੀ ਸੇਵਾ ਕਰਨ ਦਾ ਮੈਨੂੰ ਮਾਣ ਬਖਸ਼ੇ।